beyond your control and what we are trying to do is those situations which are beyond our control the people the situations around ਜਿਹੜੇ ਸਾਡੇ ਕੰਟਰੋਲ ਚ ਨਹੀਂ we are you know putting extra energy in those things ਇਹਨਾਂ ਨੂੰ ਬਦਲ ਲਵਾਂ ਮੈਂ ਇਹਨਾਂ ਨੂੰ ਮਨਾ ਲਵਾਂ ਰੱਬ ਨੂੰ ਮਨਾ ਲਵਾਂ ਮਨਾਉਣਾ ਮਨ ਨੂੰ ਸੀ ਰੱਬ ਨੇ ਮੰਨਿਆ ਰੱਬ ਤਾਂ ਮੰਨਿਆ ਹੋਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਤੂੰ ਰਹਿ ਰੱਬ ਦੇ ਨਾਲ ਰੱਬ ਤਾਂ ਤੇਰੇ ਅੰਦਰ ਹੀ ਹੈ ਉਹ ਤੇਰੇ ਤੋਂ ਦੂਰ ਨਹੀਂ ਐ ਤੂੰ ਦੂਰ ਹੋ ਰਿਹਾ ਆਪ ਬਾਹਰ ਨੂੰ ਭੱਜ ਰਿਹਾ ਥਿਰ ਘਰ ਬੈਸੋ ਹਰ ਜਨ ਪਿਆਰੇ ਅੰਦਰ ਨੂੰ ਬੈਠ ਗੁਰੂ ਨਾਨਕ ਸੇਜ ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਜਦੋਂ ਤੱਕ ਅੰਦਰ ਨਹੀਂ ਗਿਆ ਜਦੋਂ ਤੱਕ ਅੰਦਰ ਬੈਠੇ ਉਸ ਪਰਮਾਤਮਾ ਦੇ ਨੇੜੇ ਨਹੀਂ ਹੋਇਆ ਬਾਹਰੋਂ ਜਿੰਨਾ ਮਰਜੀ ਕਰ ਲੈ ਤੇਰਾ ਅੱਧੀ ਦਮੜੀ ਜਿੰਨਾ ਮੁੱਲ ਵੀ ਨਹੀਂ ਅੱਧੀ ਦਮੜੀ ਜਿੰਨਾ ਵੀ ਨਹੀਂ ਬਿਕਾਉਜ਼ ਯੂ ਆਰ ਡਿਸਸੈਟੀਸਫਾਈਡ ਲੱਖਾਂ ਕਰੋੜਾਂ ਹੋਣ ਦੇ ਬਾਵਜੂਦ ਵੀ ਯੂ ਆਰ ਰਨਿੰਗ ਐਂਡ ਬੈਗਿੰਗ ਮੋਰ ਐਂਡ ਮੋਰ ਐਂਡ ਮੋਰ ਵਟ ਵੀ ਆਰ ਸੀਕਿੰਗ ਇਨ ਫਰੰਟ ਆਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ ਕੀ ਅਰਦਾਸਾਂ ਕਰ ਰਹੇ ਹਾਂ ਕਿਸੇ ਨੇ ਅਰਦਾਸ ਕੀਤੀ ਸਾ ਸੰਗਤ ਸਮਾਂ ਹੋ ਗਿਆ ਆਈ ਜਸਟ ਹੈਵ ਟੂ ਮਿੰਟਸ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਇਤਿਹਾਸ ਵਿੱਚੋਂ ਆਈ ਜਸਟ ਵਾਂਟ ਟੂ ਟੈਲ ਯੂ ਵਨ ਇਨਸੀਡੈਂਟ ਵਨ ਈਵੈਂਟ ਜਿਹੜਾ ਇਸ ਚੀਜ਼ ਨੂੰ ਸਪਸ਼ਟ ਕਰਦਾ ਹੈ ਕਿ ਅਸੀਂ ਗੁਰੂ ਕੋਲੋਂ ਮੰਗਣਾ ਕੀ ਹੈ ਦਾ ਵੈਰੀ ਫਰਸਟ ਸਿੱਖ ਕੌਣ ਸੀ ਭਲਾ ਸਭ ਤੋਂ ਪਹਿਲਾ ਸਿੱਖ ਬੇਬੇ ਨਾਨਕੀ ਗੁਰੂ ਨਾਨਕ ਤੋਂ 5 ਸਾਲ ਵੱਡੀ ਹੈ ਸ਼ੀ ਇਜ਼ ਐਲਡਰ ਦੈਨ ਗੁਰੂ ਨਾਨਕ 5 ਇਅਰਸ 올ਡਰ ਐਂਡ ਸ਼ੀ ਰੈਕਗਨਾਈਜ਼ਡ ਗੁਰੂ ਆਪਣੀ ਨਾ ਬਾਹਾਂ 'ਚ ਖੜਾਇਆ ਗੁਰੂ ਨਾਨਕ ਵਾਸ ਟੂ ਯੰਗ ਆਪਣੀ ਬਾਹਾਂ 'ਚ ਖੜਾਇਆ ਐਂਡ ਲੁੱਕ ਐਟ ਦ ਲਾਈਫ ਆਫ ਬੇਬੇ ਨਾਨਕੀ ਵਿਸਾਖ ਕੀ ਹੁੰਦਾ ਹੈ ਖਿੜਾਓ ਕੀ ਹੁੰਦਾ ਹੈ you know in our culture in our society punjabi society whether hindu or muslim or sikh jinne vi punjabi north indian society hai gi hai sade vich sab ton waddi khushi kehdi manni jandi ghar vich puttar da hona right whenever a couple gets married to sari rishtedari all the relatives what are they you know focused on you should have a child now bacche da hona sab ton waddi khushi maneya janda hai ਪੁੱਤਰ ਜਾਂ ਪੁੱਤਰੀ ਜੋ ਵੀ ਹੋਵੇ ਲੋਕੀ ਅਰਦਾਸਾਂ ਕਰਾਉਂਦੇ ਆ ਇਜ਼ਨਟ ਇਟ ਇੱਥੇ ਵੀ ਕਰਦੇ ਆ ਮਲੇਸ਼ੀਆ ਚ ਸਾਡੇ ਘਰ ਪੁੱਤਰ ਹੋਵੇ ਮੇਰੇ ਪੁੱਤਰ ਦੇ ਘਰ ਪੁੱਤਰ ਹੋਵੇ ਬੇਟਾ ਹੋਵੇ ਬੱਚਾ ਹੋਵੇ ਬਾਲ ਹੋਵੇ ਦੇ ਸ਼ੁੱਡ ਬੀ ਅ ਕਿਡ ਪਲੇਇੰਗ ਇਨ ਦਾ ਹਾਊਸ ਰਾਈਟ ਸਾਡੀ ਚਾਹਤ ਹੁੰਦੀ ਹੈ ਸਾਸ ਸੰਗਤ ਬੇਬੇ ਨਾਨਕੀ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਰੱਖਿਆ ਡੂ ਵੀ ਨੋ ਕੀ ਬੇਬੇ ਨਾਨਕੀ ਦੀ ਕੋਈ ਸੰਤਾਨ ਨਹੀਂ ਸੀ ਸ਼ੀ ਡਿਡਨਟ ਹੈਵ ਐਨੀ ਚਾਈਲਡ ਹੈ ਹੀ ਨਹੀਂ ਸੀ ਅਸੀਂ ਅਰਦਾਸਾਂ ਕਰਦੇ ਹਾਂ ਨਾ ਗੁਰੂ ਅੱਗੇ ਸੋ ਵਾਂਸ ਆਫਟਰ ਹਿਸ ਫਰਸਟ ਲੌਂਗ ਜਰਨੀ 8 ਸਾਲ ਟਰੈਵਲ ਕਰਨ ਤੋਂ ਬਾਅਦ ਪਹਿਲੀ ਉਦਾਸੀ ਇਟ ਟੂ ਕਵਰਾ ਅਬਾਊਟ 8 ইয়ার্স ਗੁਰੂ ਨਾਨਕ ਕੇਮ ਬੈਕ ਬੇਬੇ ਨਾਨਕੀ ਵਾਸ ਕੁਆਇਟ 올ਡ ਬਾਈ ਨਾਓ ਗੁਰੂ ਨਾਨਕ ਸੈਟ ਬਾਈ ਹਿਸ ਹਰ ਸਾਈਡ ਤੇ ਕਹਿਣ ਲੱਗੇ ਪੈੰਜੀ ਸੀ ਮੈਂ ਇੰਨੀ ਦੁਨੀਆ ਦੇਖ ਕੇ ਆਇਆ ਲੋਗ ਮੇਰੇ ਲਿਬਾਸ ਨੂੰ ਦੇ ਲੁੱਕ ਐਟ ਮਾਈ ਡਰੈਸ ਦੇ ਲੁੱਕ ਐਟ ਮਾਈ ਪਰਸੋਨਾ ਐਂਡ ਦੇ ਥਿੰਕ ਥੈਟ ਆਈ ਐਮ ਅ ਗੋਡ ਮੈਨ ਤੇ ਮੇਰੇ ਕੋਲ ਆਉਂਦੇ ਨੇ ਤੇ ਕਹਿੰਦੇ ਨੇ ਬਾਬਾ ਜੀ ਸਾਡੇ ਕਰਨਾ ਖੁਸ਼ੀਆਂ ਹੋਣ ਸਾਡੇ ਕਰ ਸਾਡੇ ਲਈ ਅਰਦਾਸ ਕਰੋ ਸਾਡੇ ਕਰ ਤਰੱਕੀਆਂ ਆਉਣ ਪੈਸਾ ਆਵੇ ਐਸ ਆਲ ਵੀ ਡੂ ਪੈਂਜੀ ਬਹੁਤ ਸਾਰੇ ਲੋਕੀ ਆਉਂਦੇ ਨੇ ਉਹ ਕਹਿੰਦੇ ਨੇ ਕਿ ਬਾਬਾ ਜੀ ਅਰਦਾਸ ਕਰੋ ਸਾਡੇ ਕਰਨਾ ਕੋਈ ਬੱਚਾ ਹੈ ਨਹੀਂ ਕੋਈ ਪੁੱਤਰ ਹੈ ਨਹੀਂ ਬੇਟੀ ਹੈ ਨਹੀਂ ਅਰਦਾਸ ਕਰੋ ਸਾਡੇ ਕਰ ਹੋਵੇ রাইਟ ਅੱਜ ਗੁਰੂ ਨਾਨਕ ਨੇ ਭੈਣ ਜੀ ਨੂੰ ਕਿਹਾ ਭੈਣ ਜੀ ਮੈਂ ਤੁਹਾਨੂੰ ਪੁੱਛਣਾ ਸੀ ਤੁਸੀਂ ਕਦੀ ਮੰਗਿਆ ਹੀ ਨਹੀਂ ਤੁਸੀਂ ਤੇ ਸ਼ੁਰੂ ਤੋਂ ਮੈਨੂੰ ਰੱਬ ਕਹਿੰਦੇ ਰਹੇ ਹੋ ਸ਼ੁਰੂ ਤੋਂ ਮੱਥੇ ਟੇਕਦੇ ਰਹਿੰਦੇ ਹੋ ਤੁਹਾਡੇ ਮਨ 'ਚ ਵਿਚਾਰ ਨਹੀਂ ਆਈ ਕਦੀ ਯੂ ਨੇਵਰ ਆਸਕਡ ਯੂ ਨੇਵਰ ਡਿਡ ਤੁਸੀਂ ਕਦੀ ਮੰਗਿਆ ਹੀ ਨਹੀਂ ਸਾਧ ਸੰਗਤ ਰਿਪਲਾਈ ਆਫ ਬੇਬੇ ਨਾਨਕ ਇਸ ਵਾਟ ਆਈ ਵਾਂਟ ਟੂ ਐਂਡ ਅਪ ਵਿਦ ਬੇਬੇ ਨਾਨਕੀ ਵਿਦ ਦ ਸੇਮ ਕੰਪੋਜ਼ਰ ਉਸੇ ਸਹਿਜ ਦੇ ਨਾਲ ਬੀਬੇ ਨਾਨਕੀ ਮੁਸਕਰਾ ਕੇ ਕਹਿਣ ਲੱਗੀ ਨਾਨਕ ਜਿੰਨੂੰ ਤੂੰ ਮਿਲ ਗਿਆ ਉਹਨੂੰ ਹੋਰ ਕੀ ਚਾਹੀਦਾ ਜਿੰਨੂੰ ਤੂੰ ਮਿਲ ਗਿਆ ਹੈਵ ਵੀ ਐਵਰ ਆਸਕਡ ਦ ਗੁਰੂ ਕਿ ਮੈਨੂੰ ਨਾਨਕ ਮਿਲ ਜਾਏ ਐਵੋ ਨਹੀਂ ਜਿੱਦਣ ਅਸੀਂ ਮੰਗਣ ਲੱਗ ਜਾਵਾਂਗੇ ਉਸ ਦਿਨ ਅੰਦਰ ਹਰਿਆਵਲ ਆਏਗੀ ਉਸ ਦਿਨ ਅੰਦਰ ਬਸੰਤ ਆਏਗਾ ਬੀਬੇ ਨਾਨਕੀ ਦਾ ਜੀਵਨ ਬਸੰਤ ਨਾਲ ਭਰਿਆ ਹੋਇਆ ਹੈ बसंत ਹੈ ਅੰਦਰ ਡਰ ਨਹੀਂ ਹੈ ਫਿਕਰ ਨਹੀਂ ਹੈ ਚਿੰਤਾ ਨਹੀਂ ਹੈ 노 ਵਰੀਜ਼ ਐਂਗਜ਼ਾਇਟیز ਫੀਅਰਸ ਬਿਕੋਜ਼ ਨਾਨਕ ਜਿੰਨੂੰ ਤੂੰ ਮਿਲ ਗਿਆ ਉਹਨੂੰ ਹੋਰ ਕੀ ਚਾਹੀਦਾ